ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਹੁਣ ਇੱਕ ਨਵਾਂ ਐਲਾਨ ਕਰ ਦਿੱਤਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਹਿਲਾਂ ਕਿਹਾ ਗਿਆ ਸੀਗਾ ਕਿ ਮਿਤੀ 13 ਜੁਲਾਈ ਤੋਂ ਸਕੂਲ ਖੋਲ੍ਹੇ ਜਾਣਗੇ, ਲੇਕਿਨ ਉਸ ਤੋਂ ਬਾਅਦ ਨਵੀਂ ਇਨਫੋਰਮੇਸ਼ਨ ਆਈ ਸੀ ਕਿਉਂਕਿ ਮੀਂਹ ਕਰਕੇ, ਬਾਰਿਸ਼ਾਂ ਕਰਕੇ, ਹੜ੍ਹਾਂ ਕਰਕੇ 16 ਜੁਲਾਈ ਤੋਂ ਬਾਅਦ ਇਹ ਤਰੀਕ ਨਿਸ਼ਚਿਤ ਕੀਤੀ ਗਈ ਸੀ। ਲੇਕਿਨ ਹੁਣ ਹਰਜੋਤ ਬੈਂਸ ਜੋ ਕਿ ਸਿੱਖਿਆ ਮੰਤਰੀ ਪੰਜਾਬ ਨੇ, ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੇ ਵੀ ਸਮੂਹ ਡਿਪਟੀ ਕਮਿਸ਼ਨਰ ਹੋਣਗੇ ਆਪਣੇ ਆਪਣੇ ਜ਼ਿਲ੍ਹਿਆਂ ਦੇ, ਉਹ ਦੇਖਣਗੇ ਕਿ ਉਹਨਾਂ ਦੇ ਸ਼ਹਿਰਾਂ ਦੇ ਪਿੰਡਾਂ ਵਿੱਚ ਜਿਹੜਾ ਜਿਹੜਾ ਉਹਨਾਂ ਦਾ ਏਰੀਆ ਪੈਂਦਾ ਉੱਥੇ ਪਾਣੀ ਦੇ ਕੀ ਹਾਲਾਤ ਨੇ, ਕਿਉਂਕਿ ਹੜ੍ਹ ਦਾ ਪਾਣੀ ਕਿੰਨਾ ਕੁ ਹਜੇ ਵੀ ਖੜ੍ਹਾ ਹੋਇਆ, ਕਿੰਨੇ ਕਿੰਨੇ ਫੁੱਟ, ਕਿੰਨੇ ਕਿੰਨੇ ਇੰਚ ਉੱਥੇ ਪਾਣੀ ਮੌਜੂਦ ਹੈ, ਉਹਨੂੰ ਦੇਖ ਕੇ ਉਹਦੇ ਮੱਦੇਨਜ਼ਰ ਇੱਕ ਰਿਪੋਰਟ ਤਿਆਰ ਹੋਏਗੀ। ਉਸ ਤੋਂ ਬਾਅਦ ਸਕੂਲ ਦੇ ਵਿੱਚ ਕੀ ਵਿਦਿਆਰਥੀ ਜਾ ਕੇ ਪੜ੍ਹ ਸਕਦੇ, ਉੱਥੇ ਮਾਹੌਲ ਹੈ, ਜਿਹੜੀ ਸਕੂਲ ਦੀ ਇਮਾਰਤ ਹੈ ਉਹ ਸੇਫ ਹੈ, ਉਹ ਠੀਕ ਹੈ, ਉੱਥੇ ਪਾਣੀ ਤਾਂ ਨਹੀਂ ਖੜ੍ਹਾ, ਕੋਈ ਜ਼ਿਆਦਾ ਬਦਬੂ ਤਾਂ ਨਹੀਂ ਉੱਠ ਰਹੀ। ਸੋ 3-4 ਇਹ ਪੁਆਇੰਟ ਨੇ, ਇਹ ਗੱਲਾਂ ਨੇ ਜਿਨ੍ਹਾਂ ਦੇ ਮੱਦੇਨਜ਼ਰ ਡੀਸੀ ਨੂੰ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਸਕੂਲ ਪੈਂਦੇ ਨੇ, ਚਾਹੇ ਉਹ ਸਰਕਾਰੀ ਨੇ, ਏਡਿਡ ਨੇ ਜਾਂ ਪ੍ਰਾਈਵੇਟ ਨੇ, ਸਾਰੇ ਸਕੂਲਾਂ ਦਾ ਧਿਆਨ ਰੱਖਣਾ ਪਵੇਗਾ। ਡੀਸੀ ਨੂੰ ਇਸ ਗੱਲ ਦੀ ਇੱਕ ਰਿਪੋਰਟ ਤਿਆਰ ਕਰਨੀ ਪਵੇਗੀ ਅਤੇ ਉਸ ਤੋਂ ਬਾਅਦ ਡੈਪਟੀ ਕਮਿਸ਼ਨਰ ਹੀ ਜਿਹੜੇ ਜ਼ਿਲ੍ਹੇ ਦੇ ਹੋਣਗੇ ਉਹ ਡਿਸਾਈਡ ਕਰਨਗੇ ਕਿ 17 ਜੁਲਾਈ ਤੋਂ ਕਿਹੜੇ ਕਿਹੜੇ ਏਰੀਏ ਦੇ ਵਿੱਚ, ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਪਿੰਡਾਂ ਦੇ ਵਿੱਚ ਕਿੱਥੇ ਕਿੱਥੇ ਸਕੂਲ ਖੋਲ੍ਹਣੇ ਹਨ ਜਾਂ ਨਹੀਂ। ਪੰਜਾਬ ਦੇ ਸਿੱਖਿਆ ਮੰਤਰੀ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਹੁਣ ਇੱਕ ਨਵਾਂ ਐਲਾਨ ਕਰ ਦਿੱਤਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਹਿਲਾਂ ਕਿਹਾ ਗਿਆ ਸੀਗਾ ਕਿ ਮਿਤੀ 13 ਜੁਲਾਈ ਤੋਂ ਸਕੂਲ ਖੋਲ੍ਹੇ ਜਾਣਗੇ, ਲੇਕਿਨ ਉਸ ਤੋਂ ਬਾਅਦ ਨਵੀਂ ਇਨਫੋਰਮੇਸ਼ਨ ਆਈ ਸੀ ਕਿਉਂਕਿ ਮੀਂਹ ਕਰਕੇ, ਬਾਰਿਸ਼ਾਂ ਕਰਕੇ, ਹੜ੍ਹਾਂ ਕਰਕੇ 16 ਜੁਲਾਈ ਤੋਂ ਬਾਅਦ ਇਹ ਤਰੀਕ ਨਿਸ਼ਚਿਤ ਕੀਤੀ ਗਈ ਸੀ। ਲੇਕਿਨ ਹੁਣ ਹਰਜੋਤ ਬੈਂਸ ਜੋ ਕਿ ਸਿੱਖਿਆ ਮੰਤਰੀ ਪੰਜਾਬ ਨੇ, ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੇ ਵੀ ਸਮੂਹ ਡਿਪਟੀ ਕਮਿਸ਼ਨਰ ਹੋਣਗੇ ਆਪਣੇ ਆਪਣੇ ਜ਼ਿਲ੍ਹਿਆਂ ਦੇ, ਉਹ ਦੇਖਣਗੇ ਕਿ ਉਹਨਾਂ ਦੇ ਸ਼ਹਿਰਾਂ ਦੇ ਪਿੰਡਾਂ ਵਿੱਚ ਜਿਹੜਾ ਜਿਹੜਾ ਉਹਨਾਂ ਦਾ ਏਰੀਆ ਪੈਂਦਾ ਉੱਥੇ ਪਾਣੀ ਦੇ ਕੀ ਹਾਲਾਤ ਨੇ, ਕਿਉਂਕਿ ਹੜ੍ਹ ਦਾ ਪਾਣੀ ਕਿੰਨਾ ਕੁ ਹਜੇ ਵੀ ਖੜ੍ਹਾ ਹੋਇਆ, ਕਿੰਨੇ ਕਿੰਨੇ ਫੁੱਟ, ਕਿੰਨੇ ਕਿੰਨੇ ਇੰਚ ਉੱਥੇ ਪਾਣੀ ਮੌਜੂਦ ਹੈ, ਉਹਨੂੰ ਦੇਖ ਕੇ ਉਹਦੇ ਮੱਦੇਨਜ਼ਰ ਇੱਕ ਰਿਪੋਰਟ ਤਿਆਰ ਹੋਏਗੀ। ਉਸ ਤੋਂ ਬਾਅਦ ਸਕੂਲ ਦੇ ਵਿੱਚ ਕੀ ਵਿਦਿਆਰਥੀ ਜਾ ਕੇ ਪੜ੍ਹ ਸਕਦੇ, ਉੱਥੇ ਮਾਹੌਲ ਹੈ, ਜਿਹੜੀ ਸਕੂਲ ਦੀ ਇਮਾਰਤ ਹੈ ਉਹ ਸੇਫ ਹੈ, ਉਹ ਠੀਕ ਹੈ, ਉੱਥੇ ਪਾਣੀ ਤਾਂ ਨਹੀਂ ਖੜ੍ਹਾ, ਕੋਈ ਜ਼ਿਆਦਾ ਬਦਬੂ ਤਾਂ ਨਹੀਂ ਉੱਠ ਰਹੀ। ਸੋ 3-4 ਇਹ ਪੁਆਇੰਟ ਨੇ, ਇਹ ਗੱਲਾਂ ਨੇ ਜਿਨ੍ਹਾਂ ਦੇ ਮੱਦੇਨਜ਼ਰ ਡੀਸੀ ਨੂੰ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਸਕੂਲ ਪੈਂਦੇ ਨੇ, ਚਾਹੇ ਉਹ ਸਰਕਾਰੀ ਨੇ, ਏਡਿਡ ਨੇ ਜਾਂ ਪ੍ਰਾਈਵੇਟ ਨੇ, ਸਾਰੇ ਸਕੂਲਾਂ ਦਾ ਧਿਆਨ ਰੱਖਣਾ ਪਵੇਗਾ। ਡੀਸੀ ਨੂੰ ਇਸ ਗੱਲ ਦੀ ਇੱਕ ਰਿਪੋਰਟ ਤਿਆਰ ਕਰਨੀ ਪਵੇਗੀ ਅਤੇ ਉਸ ਤੋਂ ਬਾਅਦ ਡੈਪਟੀ ਕਮਿਸ਼ਨਰ ਹੀ ਜਿਹੜੇ ਜ਼ਿਲ੍ਹੇ ਦੇ ਹੋਣਗੇ ਉਹ ਡਿਸਾਈਡ ਕਰਨਗੇ ਕਿ 17 ਜੁਲਾਈ ਤੋਂ ਕਿਹੜੇ ਕਿਹੜੇ ਏਰੀਏ ਦੇ ਵਿੱਚ, ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਪਿੰਡਾਂ ਦੇ ਵਿੱਚ ਕਿੱਥੇ ਕਿੱਥੇ ਸਕੂਲ ਖੋਲ੍ਹਣੇ ਹਨ ਜਾਂ ਨਹੀਂ।